ਕਿਉਂਕਿ ਨਾ ਲੋਟਰ ਨੂੰ ਮੈਂ ਇੱਦਾਂ ਐਡਜਸਟ ਕਰਨ ਵਾਲਾ ਬਣਾਇਆ ਹੈ। ਠੀਕ ਹੈ, ਇੱਥੇ ਚੱਲਣਦੇ ਆ ਜੰਗੀ ਪੱਧਰ ਤੇ ਡਿਜ਼ਾਈਨ ਆਪਣੇ ਲੋਟਰ ਦਾ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਤੇ ਲਓ ਜੀ ਸਵਾਗਤ ਹੈ ਅੱਜ ਦੇ ਆਪਣੇ ਇੱਕ ਨਵੇਂ ਵਲੌਗ ਦੇ ਵਿੱਚ। ਤੇ ਕੱਲ ਵਾਲਾ ਵਲੌਗ ਜਸਟ ਹੁਣ ਜੇ ਮੈਂ ਐਡਿਟ ਕਰਕੇ ਅਪਲੋਡ ਕਰਤਾ, ਹੋ ਪਈ ਮੈਕਬੁੱਕ। ਤੇ ਆਹ ਦੇਖੋ ਮੇਜ਼ ਤੇ ਲੱਗਾ ਹੋਇਆ ਪੂਰਾ ਮੇਲਾ ਟਰੇਟਰਾਂ ਦਾ, ਜਿਹੜਾ ਕਿ ਆਪਾਂ ਚੱਕ ਦੇਣਾ ਅੱਜ ਸਾਰਾ। ਠੀਕ ਹੈ, ਬਿਲਕੁਲ ਸਾਫ਼ ਕਰ ਦਾਂਗੇ ਮੇਜ਼ ਇੱਕ ਵਾਰੀ, ਕਿਉਂਕਿ ਨਾ ਅੱਜ ਦਾ ਪਹਿਲਾ ਪਲਾਨ ਮੇਰਾ ਸਫਾਈ ਕਰਨ ਦਾ, ਜਿਹੜਾ ਕਿ ਮੇਰੇ ਹਿਸਾਬ ਨਾਲ ਪਹਿਲਾਂ ਨਹੀਂ ਰਹਿਣਾ, ਕਿਉਂਕਿ ਵੈਸੇ ਤਾਂ ਮੈਂ ਸਫਾਈ ਕਰਨ ਲੱਗਾ ਸੀਗਾ, ਪਰ ਨਾ ਥੱਲੜਾ ਕੰਮ ਹਜੇ ਰਹਿੰਦਾ ਸਾਰਾ ਹੀ। ਤਿਆਰ ਕਰਨੀ ਹੈ ਪੈਲੀ, ਕਣਕ ਗੇਰਨੀ ਹੈ, ਬੱਤਰ ਸੁੱਕਣ ਦਿਆ, ਅਤੇ ਬਸ ਫਿਰ ਉਹ ਕੰਮ ਵੀ ਜ਼ਰੂਰੀ ਹੈ। ਮੈਨੂੰ ਇਹ ਵੀ ਉਹ ਕਰ ਲੈਂਦੇ ਹਾਂ ਥੋੜ੍ਹਾ ਜਿਹਾ ਪਹਿਲਾਂ, ਉਸ ਤੋਂ ਬਾਅਦ ਫਿਰ ਆ ਕੇ ਸਫਾਈ ਕਰਾਂਗਾ। ਉਸ ਤੋਂ ਬਾਅਦ ਇੱਕ ਨਵੇਂ ਪ੍ਰੋਜੈਕਟ 'ਤੇ ਕੰਮ ਸ਼ੁਰੂ ਕਰਨਾ, ਜਿਹੜਾ ਕਿ ਕੱਲ੍ਹ ਵਾਲੇ ਵਲੌਗ 'ਚ ਮੈਂ ਕਿਹਾ ਸੀ ਗੈਸ ਕਰਨ ਲਈ, ਉਹ ਪਤਾ ਨਹੀਂ ਕਿਸੇ ਨੇ ਗੈਸ ਕੀਤਾ ਕਿ ਨਹੀਂ ਕੀਤਾ। ਹਜੇ ਤਾਂ ਚਲੋ ਵਲੌਗ ਹੀ ਨਹੀਂ ਪਬਲਿਕ ਹੋਇਆ, ਹਜੇ ਤਾਂ ਕੀ ਪਤਾ ਲੱਗਣਾ, ਬਾਕੀ ਸ਼ਾਮ ਤੱਕ ਪਤਾ ਲੱਗ ਜੂਗਾ। ਠੀਕ ਹੈ, ਯਾਨੀ ਕਿ ਦੋ ਤਿੰਨ ਮੇਨ ਕੰਮ ਨੇ। ਸਭ ਨਾਲੋਂ ਪਹਿਲਾਂ ਥੱਲੜਾ ਕੰਮ ਨਿਬੇੜਦੇ ਆਪਾਂ, ਚੱਲਦੇ ਹਾਂ ਅਰਜਨ ਆਪਣੇ ਦੇ, ਅਤੇ ਉਸ ਤੋਂ ਬਾਅਦ ਫਿਰ ਆ ਕੇ ਉੱਥੋਂ ਫ੍ਰੀ ਹੋ ਕੇ ਸਫਾਈ ਕਰਾਂਗੇ। ਸਫਾਈ ਕਰਨ ਤੋਂ ਬਾਅਦ ਫਿਰ ਨਵੇਂ ਪ੍ਰੋਜੈਕਟ 'ਤੇ ਕੰਮ ਸ਼ੁਰੂ ਕਰਾਂਗੇ। ਠੀਕ ਹੈ, ਆਹ ਪਲੈਨ ਆ ਮੌਕੇ 'ਤੇ। ਅਤੇ ਸਫਾਈ ਵਾਸਤੇ ਮੈਨੂੰ ਆਹ ਸਾਰਾ ਪੋਰਸ਼ਨ ਇੱਥੋਂ ਸਾਫ਼ ਕਰਨਾ ਪੈਣਾ, ਟਰੈਕਟਰ ਸਾਰੇ ਚੱਕਾਂਗਾ। ਵੈਸੇ ਤਾਂ ਆਪਾਂ ਨੂੰ ਇੱਥੇ ਜ਼ਰੂਰਤ ਹੈ ਟਰੈਕਟਰ ਦੀ, ਜਿਹੜਾ ਨਵਾਂ ਪ੍ਰੋਜੈਕਟ ਬਣਾਉਂਦਾ ਉਹਦੇ ਵਾਸਤੇ, ਪਰ ਇੱਕ ਵਾਰੀ ਮੇਜ਼ ਸਾਰਾ ਸਾਫ਼ ਕਰ ਦਾਂਗਾ ਮੈਂ। ਠੀਕ ਹੈ, ਆਹ ਇੱਥੋਂ ਆਪਣੇ ਦੋਵੇਂ ਪ੍ਰਿੰਟਰ, ਕੰਪਿਊਟਰ, ਹੋਰ ਵੀ ਨਿੱਕਾ ਨਿੱਕਾ ਸਾਰਾ ਸਮਾਨ ਫਿਰ ਇੱਥੇ ਸ਼ਿਫਟ ਹੋਊਗਾ, ਇੱਧਰ ਸਾਰੀ ਸਫਾਈ ਹੋਊਗੀ, ਉਹ ਡੱਬੇ ਜਿੰਨੇ ਵੀ ਨੇ ਸਾਰੇ ਗਾਇਬ ਕਰ ਦਾਂਗਾ ਮੈਂ। ਯਾਨੀ ਕਿ ਆਹ ਪੋਰਸ਼ਨ ਦੀ ਅੱਜ ਪ੍ਰੋਪਰ ਸਫਾਈ ਕਰਾਂਗੇ ਆਪਾਂ। ਠੀਕ ਹੈ, ਪਰ ਉਸ ਤੋਂ ਪਹਿਲਾਂ ਅਰਜਨ 'ਤੇ ਚੱਲਦੇ ਹਾਂ। ਕੰਮ ਚੱਲਣ ਦਿਆ ਜੰਗੀ ਪੱਧਰ 'ਤੇ, ਅਤੇ ਆਪਾਂ ਚੱਲੀਏ ਘਰੇ। ਕੰਮ ਆਪਾਂ ਨੂੰ ਘਰੇ ਬਹੁਤ ਨੇ ਹਜੇ, ਇਹ ਕੰਮ ਇੱਧਰ ਚੱਲਦਾ ਹੀ ਰਹਿਣਾ। ਆਪਾਂ ਚੱਲੀਏ ਸੈਟਅਪ ਵੱਲ ਕਰੀਏ ਕੰਮ ਹੁਣ। ਲਓ ਵੀ ਸੀਨ ਇੱਦਾਂ ਕਿ ਸੈਟਅਪ 'ਚ ਪਹੁੰਚ ਗਏ ਹਾਂ, ਅਤੇ ਜੰਗੀ ਪੱਧਰ 'ਤੇ ਛੇਤੀ ਛੇਤੀ ਕੰਮ ਸ਼ੁਰੂ ਕਰੀਏ, ਕਿਉਂਕਿ ਟਾਈਮ ਬਹੁਤ ਘੱਟ ਆ ਆਪਣੇ ਕੋਲ, ਹੋਰ ਵੀ ਬੜੇ ਕੰਮ ਨੇ ਕਰਨ ਵਾਲੇ। ਅਤੇ ਸਭ ਨਾਲੋਂ ਪਹਿਲਾਂ ਤਾਂ ਟਰੈਕਟਰ ਚੱਕਦਾ ਸਾਰੇ ਮੈਂ ਵਾਪਸ ਰੱਖਦਾ ਇਹਦੇ ਵਿੱਚ, ਮੇਜ਼ ਕਰਕੇ ਪ੍ਰੋਪਰ ਖਾਲੀ। ਪ੍ਰੋਪਰ ਤਾਂ ਨਹੀਂ ਖਾਲੀ ਆਉਣਾ, ਉਹ ਸਮਾਨ ਤੋਂ ਉੱਥੇ ਪਿਆ ਰਹੂਗਾ ਜਿਹੜਾ ਖਿਲ ਰਿਹਾ ਹੋਇਆ, ਇਹਨੂੰ ਇੱਕ ਪਾਸੇ ਕਰਕੇ ਇੱਥੇ ਜਗ੍ਹਾ ਬਣਾਉਣਾ, ਅਤੇ ਆ ਪ੍ਰਿੰਟਰ ਸਾਰੇ ਕਰਕੇ ਡਿਸਕਨੈਕਟ। ਇੱਧਰ ਦੇਖੋ ਜਾਲੇ ਤਾਰਾਂ ਦਾ, ਸਪੀਕਰ ਵਗੈਰਾ ਸਭ ਕੁਛ ਜੋ ਕੁਛ ਹੈਗਾ ਇੱਥੇ, ਲੱਥਣ ਵਾਲਾ ਜੋ ਜੋ ਵੀ ਆ ਸਾਰਾ ਲਾ ਕੇ, ਅਤੇ ਆ ਮੇਜ਼ ਜਮ੍ਹਾਂ ਖਾਲੀ ਕਰਦੇ ਹਾਂ ਆਪਾਂ। ਠੀਕ ਹੈ, ਅਤੇ ਜ਼ਿਆਦਾ ਮੈਂ ਸ਼ੂਟ ਨਹੀਂ ਕਰਦਾ ਇਹਦੇ ਵਿੱਚ, ਬਸ ਛੇਤੀ ਛੇਤੀ ਆਪਾਂ ਸਫਾਈ ਕਰ ਦੇਣੀ ਹੈ, ਬਸ ਇੱਦਾਂ ਕਰਕੇ। ਲਓ ਵੀ ਮੁੰਡਿਓ ਇੱਧਰ ਕਰੋ ਚੈੱਕ, ਪਾਇਆ ਖਲਾਰਾ ਪੂਰਾ। ਲੈਟਾਂ ਇੱਕ ਵਾਰੀ ਬੰਦ ਕਰ ਦਈਏ ਆਪਾਂ, ਆ ਜਿਹੜੀਆਂ ਵੀ ਇੱਧਰਲਾ ਪੋਰਸ਼ਨ ਦੇਖ ਲਓ, ਸਾਰਾ ਓਕੇ ਕਰਤਾ, ਸਾਫ਼ ਹੋ ਚੁੱਕਿਆ, ਜੋ ਵੀ ਸਮਾਨ ਜਿੱਥੇ ਵੀ ਸੈੱਟ ਕਰਨਾ ਸੀ ਉਹ ਕਰਤਾ। ਉੱਤੇ ਜਿਹੜੇ ਡੱਬੇ ਨੇ ਉਹ ਵੀ ਸੈੱਟ ਕਰਤੇ, ਜਿਹੜੇ ਛੋਟੇ ਡੱਬੇ ਸੀ ਉਹਨਾਂ ਨੂੰ ਵੱਡੇ ਡੱਬਿਆਂ 'ਚ ਪਾ ਕੇ, ਅਤੇ ਸਾਰੇ ਉੱਤੇ ਰੱਖਤੇ ਆਪਾਂ। ਠੀਕ ਹੈ, ਆਹ ਪੋਰਸ਼ਨ ਇਹਨਾਂ ਕਵਰ ਹੋਣਾ, ਉਸ ਤੋਂ ਇਲਾਵਾ ਇੱਧਰ ਆ ਸਾਰੇ ਪੇਂਟ ਵੀ ਜਿਹੜੇ ਆ ਜਿੰਨੇ ਵੀ ਭਰੇ ਹੋਏ ਨੇ, ਇਹ ਸਾਰਿਆਂ ਦਾ ਮੂੰਹ ਐਣੂ ਹੈ, ਜਿਹੜੇ ਖਾਲੀ ਡੱਬੇ ਨੇ ਉਹ ਆ ਰਹੇ ਥੱਲੇ। ਮੈਂ ਇੱਕ ਵਾਰੀ ਸਾਂਭ ਕੇ ਰੱਖੇ ਹੋਏ ਨੇ, ਮੈਂ ਕਿਹਾ ਇਨ ਫਿਊਚਰ ਕੋਈ ਨਾ ਕੁਝ ਗਾਰਡ ਇਹਦੇ ਨਾਲ ਵੀ ਬਣਾਉਣਾ ਪੈ ਸਕਦਾ, ਇਸ ਕਰਕੇ ਇਹਨਾਂ ਨੂੰ ਮੈਂ ਸੁੱਟਿਆ ਨੀਗਾ। ਅਤੇ ਆਹ ਪੋਰਸ਼ਨ ਹਜੇ ਰਹਿੰਦਾ ਹੈ, ਇਹ ਪੋਰਸ਼ਨ ਆਪਾਂ ਬਾਅਦ 'ਚ ਵੀ ਕਰ ਸਕਦੇ ਹਾਂ, ਮੇਨ ਆਹ ਪੋਰਸ਼ਨ ਹੈ ਪਹਿਲਾਂ, ਕਿਉਂਕਿ ਸ਼ਾਮ ਨੂੰ ਡਿਜ਼ਾਇਨਿੰਗ ਵਾਲਾ ਕੰਮ ਕਰਨਾ ਅਤੇ ਕੰਪਿਊਟਰ ਅਸੈਂਬਲ ਕਰਨਾ ਜ਼ਰੂਰੀ ਹੈ, ਪਰ ਮੌਕੇ 'ਤੇ ਹੁਣ ਇੱਕ ਵਾਰੀ ਕੰਮ ਰੋਕਣਾ ਪੈਣਾ ਮੈਨੂੰ। ਠੀਕ ਆ, ਟਾਈਮ ਪਤਾ ਨਹੀਂ ਕੀ ਹੋਇਆ, ਟਾਈਮ ਵੀ ਦੇਖੀਏ ਸੱਚ, ਮੌਕੇ 'ਤੇ 2 ਵੱਜਣ ਵਾਲੇ ਆ, ਅਤੇ ਹੁਣ ਇੱਕ ਵਾਰੀ ਕੰਮ ਰੋਕਦੇ ਹਾਂ 3-4 ਘੰਟੇ, ਕਿਉਂਕਿ ਕਣਕ ਬੀਜਣੀ ਹੈ, ਅਤੇ ਅੱਜ ਦਾ ਹੀ ਟਾਈਮ ਹੈ, ਫਿਰ ਬੱਤਰ ਸੁੱਕ ਜਾਣਾ। ਦੇਖੋ ਪੈਲੀ ਅੱਗੇ ਬਹੁਤ ਸੁੱਕੀ ਪਈ ਹੈ, ਇਸ ਕਰਕੇ ਆਹ ਕੰਮ ਹੁਣ ਇੱਕ ਵਾਰੀ ਇੱਥੇ ਹੀ ਰੋਕ ਦਿੰਦੇ ਹਾਂ। ਠੀਕ ਹੈ, 3-4 ਘੰਟਿਆਂ ਬਾਅਦ ਆ ਕੇ, ਜ਼ਿਆਦਾ ਟਾਈਮ ਨਹੀਂ ਲੱਗਣਾ ਵੈਸੇ ਤਾਂ, ਸਿਰਫ ਸਮਾਨ ਚੱਕ ਇੱਥੇ ਸ਼ਿਫਟ ਹੀ ਕਰਨਾ, ਸਫਾਈ ਸਾਰੀ ਮੈਂ ਕਰਤੀ ਹੈ, ਇਹ ਕੰਮ ਫਿਰ ਆਪਾਂ ਥੋੜ੍ਹਾ ਚਿਰ ਰੋਕ ਕੇ ਕਰਦੇ ਹਾਂ। ਠੀਕ ਹੈ, ਫਿਲਹਾਲ ਹੁਣ ਥੱਲੇ ਚੱਲੀਏ।
ਲਾਵੇ ਮੁੰਡਿਓ ਚੱਲਣ ਦਿਆ ਕੰਮ ਜੰਗੀ ਪੱਧਰ ਤੇ। ਉਧਰੋਂ ਵਲੌਗ ਪਬਲਿਕ ਕਰਨਾ ਟਾਈਮ ਹੋ ਗਿਆ, ਮਸ਼ੀਨ ਤੇ ਬਹਿ ਕੇ ਪਹਿਲਾਂ ਮੈਂ ਥੰਬਨੇਲ ਐਡਿਟ ਕੀਤਾ ਤੇ ਹੁਣ ਕਰਨ ਲੱਗਾ ਸੈੱਟ ਤੇ ਟਾਈਮ ਹੋ ਹੀ ਗਿਆ ਬਸ 3:02 ਹੋ ਗਏ ਨੇ, 3:13 ਦੇ ਆਪਣਾ ਵਲੌਗ ਆ ਜਾਂਦਾ ਹੁੰਦਾ, ਛੇਤੀ ਛੇਤੀ ਕਰਦਾ ਮੈਂ ਪਬਲਿਕ। ਪਹਿਲਾਂ ਬਹਿ ਜਾਈਏ ਸੀਨ ਇੱਦਾਂ ਟਰੈਕਟਰ ਦੇ, ਉਹ ਦੇਖੋ ਚੱਲਣ ਦਿਆ ਹਜੇ, ਪਰ ਮੈਂ ਬੀਜੀ ਸ਼ਡਿਊਲ 'ਚੋਂ ਟਾਈਮ ਕੱਢ ਕੇ ਆਇਆ ਵਾਂ ਇੱਧਰ। ਮੈਂ ਕਿਹਾ ਵੀ ਆਹ ਵੀ ਕੰਮ ਨਿਬੇੜੀਏ ਛੇਤੀ ਛੇਤੀ, ਕਿਉਂਕਿ ਰਾਤ ਨੂੰ ਫਿਰ ਡਿਜ਼ਾਈਨ ਵਾਲਾ ਕੰਮ ਵੀ ਕਰਨਾ। ਚਲੋ ਇਹ ਜ਼ਿਆਦਾ ਟਾਈਮ ਨਹੀਂ ਲੱਗਣਾ, ਬਸ 20 ਕੁ ਮਿੰਟ ਵਾਲਾ ਕੰਮ ਹੈ। ਛੇਤੀ ਛੇਤੀ ਸਾਰਾ ਸਮਾਨ ਚੱਕਦੇ ਹਾਂ, ਉੱਥੇ ਰੱਖਦੇ ਹਾਂ ਅਤੇ ਅਸੈਂਬਲ ਕਰ ਦਿੰਦੇ ਹਾਂ, ਠੀਕ ਹੈ। ਇਹ ਲਓ ਵੀ ਮੁੰਡਿਓ ਕਰੋ ਚੈੱਕ ਤੁਸੀਂ, ਸਾਫ਼ ਸਫਾਈ ਵਾਲਾ ਕੰਮ ਹੋ ਗਿਆ ਡਨ। ਅਤੇ ਆਹ ਦੇਖੋ ਇੱਥੇ ਮੈਂ ਕੰਮ ਸ਼ੁਰੂ ਕਰਨ ਲੱਗਾ ਸੀ ਆਪਣੇ ਨਵੇਂ ਪ੍ਰੋਜੈਕਟ 'ਤੇ, ਜਿਹੜਾ ਮੈਂ ਕੱਲ੍ਹ ਕਿਹਾ ਸੀਗਾ ਤੁਹਾਨੂੰ ਕਿ ਦਿਮਾਗ 'ਚ ਪਲੈਨ ਆਇਆ ਇੱਕ ਉਹਨੂੰ ਬਣਾਉਣ ਦਾ। ਅਤੇ ਕਾਫੀ ਵੀਰ ਗੈਸ ਕਰਨ ਦਿਆ ਸੀਗੇ ਕਮੈਂਟਾਂ 'ਚ, ਐਗਜੈਕਟ ਮੇਰੇ ਹਿਸਾਬ ਨਾਲ 1-2 ਜਣਿਆਂ ਨੇ ਗੈਸ ਕੀਤਾ। ਮੁੱਕਦੇ ਟਾਈਮ ਤਾਂ ਵੈਸੇ ਕਾਫੀ ਹੋ ਗਿਆ ਹੈ, 8 ਵੱਜਣ ਵਾਲੇ ਨੇ। ਅਤੇ ਚਲੋ ਦੇਖਦੇ ਹਾਂ ਕੰਮ ਤਾਂ ਸ਼ੁਰੂ ਕਰਦੇ ਹਾਂ, ਇੱਕ ਵਾਰੀ ਤੁਹਾਨੂੰ ਇਹ ਪਤਾ ਲੱਗ ਜੂ ਕਿਸ ਚੀਜ਼ 'ਤੇ ਮੈਂ ਕੰਮ ਕਰਨ ਦਿਆਂ, ਠੀਕ ਹੈ, ਕੀ ਬਣਾਉਣ ਲੱਗਾ ਵਾਂ। ਕੋਈ ਬਾਹਲਾ ਜ਼ਿਆਦਾ ਤਗੜਾ ਪ੍ਰੋਜੈਕਟ ਨਹੀਂ ਗਾ, ਬਿਲਕੁਲ ਹੀ ਸਿੰਪਲ ਜਿਹਾ ਹੈ ਜੁਗਾੜ, ਪਰ ਕੁਛ ਨਹੀਂ ਕਹਿ ਸਕਦੇ ਕਿ ਤਿਆਰ ਹੁੰਦਾ ਨਹੀਂ ਹੁੰਦਾ, ਕਿਉਂਕਿ ਥੋੜ੍ਹਾ ਜਿਹਾ ਪੇਚੀਦਾ ਆਉਂਦੇ ਜੇ ਸਿਸਟਮ ਥੋੜ੍ਹਾ ਜਿਹਾ, ਉਹ ਤੁਹਾਨੂੰ ਅੱਗੇ ਚਲੋ ਪਤਾ ਲੱਗ ਜੂਗਾ। ਫਿਲਹਾਲ ਮੈਂ ਕੰਮ ਸ਼ੁਰੂ ਕਰਦਾ ਇੱਕ ਵਾਰੀ। ਆਹ ਜਿਹੜਾ ਕਲਟੀਵੇਟਰ ਵਾਲਾ ਹੈੱਡ ਹੈ ਇਹ ਹੀ ਆਪਾਂ ਯੂਜ਼ ਕਰਨਾ ਉਹਨੂੰ ਬਣਾਉਣ 'ਚ ਵੀ, ਠੀਕ ਹੈ। ਮੈਂ ਨਾ ਨਿੱਕਾ ਲੋਡਰ ਬਣਾਉਣ ਲੱਗਾ ਵਾਂ ਜਿਹੜਾ ਕਿ ਟਰੈਕਟਰ ਦੇ ਪਿੱਛੇ ਪੈਂਦਾ ਲਿੰਕਾਂ 'ਤੇ, ਠੀਕ ਹੈ, ਉਹਦੇ 'ਤੇ ਕੰਮ ਸ਼ੁਰੂ ਕਰਨ ਲੱਗਾ। ਇੱਧਰ ਮੇਜ਼ ਖਾਲੀ ਹੋ ਚੁੱਕਿਆ, ਆ ਜਾ ਵੀ ਸਵਰਾਸਿਆਂ ਥੱਲੇ ਆ ਜਾ, ਅਤੇ ਨਿੱਕਾ ਜਿਹਾ ਲੋਡਰ ਬਣਾਵਾਂਗੇ ਆਪਾਂ ਜਿਹੜਾ ਕਿ ਸਿੱਧਾ ਲਿੰਕਾਂ 'ਤੇ ਪੈ ਜੂਗਾ, ਠੀਕ ਆ, ਅਤੇ ਟਰਾਲੀ ਭਰਨ ਵਾਸਤੇ ਵੀ ਲੰਬਾਈ ਇੰਨੀ ਕੁ ਰੱਖਾਂਗੇ ਕਿ ਲਿਫਟ ਚੱਕ ਕੇ ਟਰਾਲੀ 'ਚ ਮਿੱਟੀ ਪੈ ਜਾਏ ਕਰੇ ਬਸ। ਅਤੇ ਕੱਲ੍ਹ ਹੀ ਦਿਮਾਗ 'ਚ ਆਇਆ ਇਹ ਪਲੈਨ, ਕਿਉਂਕਿ ਮੌਕੇ 'ਤੇ ਆਪਣੇ ਕੋਲ ਇੱਦਾਂ ਦਾ ਕੋਈ ਜੁਗਾੜ ਹੈ ਨਹੀਂ ਗਾ, ਉਹ ਵੱਡਾ ਲੋਡਰ ਹੈ ਉਹਦੇ 'ਤੇ ਹਜੇ ਕੰਮ ਹੋਣਾ ਹੈ, ਉਹਦੇ 'ਤੇ ਕਾਫੀ ਕਮੀਆਂ ਨੇ, ਉਹ ਪਤਾ ਨਹੀਂ ਬਣਦਾ ਵੀ ਹੈ ਕਿ ਨਹੀਂ ਬਣਦਾ ਜੇ ਫਿਊਚਰ 'ਚ। ਉਸ ਤੋਂ ਇਲਾਵਾ ਆਪਣੇ ਕੋਲ ਇੱਦਾਂ ਦਾ ਕੋਈ ਇੰਪਲੀਮੈਂਟ ਨਹੀਂ ਗਾ, ਕੋਈ ਇੱਦਾਂ ਦਾ ਜੁਗਾੜ ਨਹੀਂ ਵੀ ਆਪਾਂ ਟਰਾਲੀ ਭਰ ਸਕੀਏ। ਇਸ ਕਰਕੇ ਮੈਂ ਸੋਚਿਆ ਵੀ ਇਹ ਬਣਾ ਦਿੰਦੇ ਹਾਂ ਸਿੰਪਲ ਜਾਈਏ, ਕਿਉਂਕਿ ਕਨਵੇਅਰ ਬੈਲਟ ਬਣਾਉਣ ਦਾ ਵੀ ਪਲੈਨ ਬਣਦਿਆ ਸੀਗਾ, ਪਰ ਉਹ ਤਾਂ ਇੱਕ ਵਾਰੀ ਰੋਕਤਾ ਆਪਾਂ ਵੇਚੀ। ਇਸ ਕਰਕੇ ਸੋਚਿਆ ਵੀ ਚੱਲ ਨਿੱਕਾ ਜਿਹਾ ਲੋਡਰ 'ਤੇ ਬਣਾਈਏ, ਕਨਵੇਅਰ ਬੈਲਟ ਫਿਰ ਅੱਗੇ ਦੇਖਾਂਗੇ ਆਉਣ ਵਾਲੇ ਟਾਈਮ 'ਚ, ਅਤੇ ਬਸ ਉਹਦੇ 'ਤੇ ਕੰਮ ਸ਼ੁਰੂ ਕਰਨਾ ਆਪਾਂ, ਠੀਕ ਹੈ। ਅਤੇ ਅੱਜ ਮੈਂ ਇਹ ਤਾਂ ਨਹੀਂ ਕਹਿੰਦਾ ਵੀ ਤਿਆਰ ਹੋ ਜੂਗਾ, ਕਿਉਂਕਿ ਟਾਈਮ ਬਹੁਤ ਹੋ ਗਿਆ, ਲੇਟ ਬਹੁਤ ਹੋ ਗਿਆ, ਬਾਕੀ ਚਲੋ ਕੋਸ਼ਿਸ਼ ਕਰਦਾ ਜਿੰਨਾ ਕੁ ਵੀ ਹੁਣ ਹੋਊਗਾ ਡਿਜ਼ਾਈਨ ਵਾਲਾ ਕੰਮ ਕਰਾਂਗੇ। ਅਤੇ ਜੇ ਤਾਂ ਕੋਈ ਵਧੀਆ ਜਿਵੇਂ ਸਿਸਟਮ ਸਾਰਾ ਸਹੀ ਬਹਿ ਗਿਆ ਤਾਂ ਹੁਣੇ ਪ੍ਰਿੰਟ ਕਰਨਾ ਵੀ ਲਾ ਦਾਂਗਾ ਮੈਂ ਪ੍ਰਿੰਟਰਾਂ 'ਤੇ। ਲਓ ਵੀ ਮੁੰਡਿਓ ਆਪਾਂ ਕੰਮ ਸ਼ੁਰੂ ਕਰਨ ਲੱਗੇ ਸੀ ਜੰਗੀ ਪੱਧਰ 'ਤੇ ਆਪਣੇ ਲੋਡਰ 'ਤੇ, ਅਤੇ ਉਹਦੇ ਵਾਸਤੇ ਸਮਾਨ ਸਾਰਾ ਸ਼ਿਫਟ ਕਰਾਂਗੇ ਆਪਾਂ ਇੱਥੇ। ਆ ਮੇਜ਼ ਸਪੈਸ਼ਲੀ ਇਹਦੇ ਵਾਸਤੇ ਮੈਂ ਖਾਲੀ ਕੀਤਾ, ਕਿਉਂਕਿ ਐਵੇਂ ਜਦੋਂ ਕੋਈ ਚੀਜ਼ ਡਿਜ਼ਾਈਨ ਕਰਨੀ ਹੁੰਦੀ ਸੀ ਨਾ, ਟਰੈਕਟਰ ਇੱਧਰ ਪਿਆ, ਕਦੇ ਕੁਰਸੀ ਰੇਟ ਕੇ ਇੱਧਰ ਲਿਆਓ, ਉਹਦੀ ਮੈਜ਼ਰਮੈਂਟ ਲਓ, ਫਿਰ ਉੱਧਰ ਜਾਓ, ਫਿਰ ਉਹਨੂੰ ਡਿਜ਼ਾਈਨ ਕਰੋ, ਫਿਰ ਚੈੱਕ ਕਰਨ ਵਾਸਤੇ ਫਿਰ ਇੱਧਰ ਆਓ। ਇਸ ਕਰਕੇ ਇੱਥੇ ਮੈਂ ਜਗ੍ਹਾ ਬਣਾਈ ਹੈ, ਇੱਥੇ ਆਪਾਂ ਰੱਖਾਂਗਾ ਰਾਏ ਮਾਡਲ, ਜਿਵੇਂ ਹੁਣ ਆਹ ਸਵਰਾਜ ਹੈ ਇਹਦੇ ਪਿੱਛੇ ਆਪਾਂ ਪਾਉਣਾ ਲੋਡਰ, ਠੀਕ ਹੈ, ਪਲੱਸ ਆਪਾਂ ਯੂਜ਼ ਕਰਦੇ ਹਾਂ ਟਰਾਲੀ ਆ ਜਿਹੜੀ, ਕਿਉਂਕਿ ਆਹ ਟਰਾਲੀ ਨਾ ਆਪਣੇ ਕਲੈਕਸ਼ਨ 'ਚ ਸਭ ਨੂੰ ਉੱਚੀ ਟਰਾਲੀ ਹੈ, ਇਸ ਤੋਂ ਉੱਚੀ ਕੋਈ ਟਰਾਲੀ ਹੈ ਨਹੀਂ ਗੀ। ਫਿਰ ਆਪਾਂ ਲੋਡਰ ਇਸ ਹਿਸਾਬ ਨਾਲ ਡਿਜ਼ਾਈਨ ਕਰਨਾ ਕਿ ਇਸ ਟਰਾਲੀ ਦੇ ਵਿੱਚ ਮਿੱਟੀ ਪਾ ਸਕੇ, ਠੀਕ ਹੈ, ਕੋਸ਼ਿਸ਼ ਕਰਾਂਗਾ। ਹਾਲਾਂਕਿ ਇੰਨਾ ਉੱਚਾ ਜੁਗਾੜ ਵੈਸੇ ਨਾ ਬਣਦਾ ਨਹੀਂ, ਵੀ ਜੇ ਬਣਿਆ ਵੀ ਤਾਂ ਸਾਈਜ਼ 'ਚ ਬਹੁਤ ਛੋਟਾ ਬਣੂਗਾ ਲੋਡਰ। ਬਾਕੀ ਚਲੋ ਦੇਖਦੇ ਹਾਂ ਜਿਵੇਂ ਵੀ ਸੈਟਿੰਗ ਬਹੂਗੀ, ਕਿਉਂਕਿ ਲਿਫਟ ਕਪੈਸਿਟੀ ਇੰਨੀ ਜ਼ਿਆਦਾ ਹੁੰਦੀ ਨਹੀਂ ਕਿ ਵੱਡਾ ਲੋਡਰ ਚੱਕ ਸਕੇ, ਵੀ ਜਿੰਨੀ ਲੋਡਰ ਦੀ ਲੰਬਾਈ ਵਧੂਗੀ ਉਨਾ ਹੀ ਲਿਫਟ 'ਤੇ ਲੋਡ ਜ਼ਿਆਦਾ ਆਊਗਾ। ਇਸ ਕਰਕੇ ਬਾਕੀ ਚਲੋ ਦੇਖਦੇ ਹਾਂ ਕੀ ਬਣਦਾ, ਕੋਸ਼ਿਸ਼ ਕਰਦੇ ਹਾਂ, ਪਹਿਲਾਂ ਡਿਜ਼ਾਈਨ ਬਣਾ ਕੇ ਦੇਖਦੇ ਹਾਂ, ਜੇ ਵਧੀਆ ਕਾਮਯਾਬ ਹੋ ਗਿਆ ਠੀਕ ਹੈ, ਨਹੀਂ ਤਾਂ ਉਹਨੂੰ ਇੰਪਰੂਵ ਕਰ ਲਾਂਗੇ ਅੱਗੇ, ਇੱਕ ਹੋਰ ਡਿਜ਼ਾਈਨ ਬਣਾ ਲਾਂਗੇ, ਕਿਉਂਕਿ ਬਾਹਲਾ ਜ਼ਿਆਦਾ ਹੈਵੀ ਨਹੀਂ ਮੈਂ ਬਣਾਉਣਾ, ਬਿਲਕੁਲ ਛੋਟੀ ਜਿਹੀ ਬਕੇਟ ਹੋਊਗੀ ਉਹਦੇ 'ਚ। ਮੰਨ ਕੇ ਚਲੋ ਵੀ ਆਪਣੇ ਆਹ ਮਿਊਜ਼ਿਕ ਸਿਸਟਮ ਤੋਂ ਵੀ ਘੱਟ ਚੌੜੀ ਬਕੇਟ ਲਾਊਂਗਾ ਮੈਂ, ਛੋਟੀ ਜਿਹੀ ਬਸ, ਠੀਕ ਹੈ। ਯਾਨੀ ਕਿ ਤੁਸੀਂ ਮੰਨ ਕੇ ਚੱਲੋ ਕਿ ਇੱਥੇ ਟਰੈਕਟਰ ਖੜ੍ਹਾ ਨਾ, ਅਤੇ ਇੰਨੀ ਉੱਚੀ ਲਿਫਟ ਚੱਕਿਆ ਸਿੱਧਾ ਮਿੱਟੀਆਂ ਦੇ ਵਿੱਚ ਪੈ ਜੇ, ਇੱਦਾਂ ਦੀ ਸੈਟਿੰਗ ਕਰਨੀ ਹੈ। ਚਲੋ ਫਿਰ ਕਰਦੇ ਹਾਂ ਕੰਮ ਸ਼ੁਰੂ, ਜਿੰਨਾ ਵੀ ਟਾਈਮ ਲੱਗੂਗਾ ਹੌਲੀ 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 ਕਰਦੇ ਹਾਂ ਡਿਜ਼ਾਈਨ ਆਪਾਂ। ਇੱਥੇ ਚੱਲਣ ਦੇ ਜੰਗੀ ਪੱਧਰ 'ਤੇ ਡਿਜ਼ਾਈਨ ਆਪਣੇ ਲੋਡਰ ਦਾ, ਅਤੇ ਲਗਭਗ 70% ਕੰਮ ਇਹਦਾ ਹੋ ਚੁੱਕਿਆ, 30% ਰਹਿ ਗਿਆ ਜਿਹੜਾ ਕਿ ਥੋੜ੍ਹਾ ਜਿਹਾ ਪੇਚੀਦਾ। ਮੈਂ ਪਹਿਲਾਂ ਵੀ ਦੱਸਿਆ ਸੀ ਕਿ ਇੱਥੇ ਜਿਹੜਾ ਮਕੈਨਿਜ਼ਮ ਲੱਗਣਾ ਨਾ, ਅਤੇ ਮੈਂ ਸੋਚਣ ਦਿਆਂ ਕਿ ਉਹਦੇ 'ਚ ਸਰਵੋ ਲਾਵਾਂ ਇੱਥੇ ਵੀ ਇੱਕ, ਠੀਕ ਆ, ਬੂਮ ਨੂੰ ਉੱਤੇ ਥੱਲੇ ਕਰਨ ਵਾਸਤੇ,
ਵੀ ਮੇਨ ਲੋਡਰ ਨੂੰ ਇਹਨੂੰ ਤਾਂ ਚਲੋ ਲਿੰਕਾਂ ਉੱਤੇ ਥੱਲੇ ਕਰ ਲੈਣੀ ਆ ਇਹਦੇ ਵਾਸਤੇ ਆਪਾਂ ਨੂੰ ਸਰਵੋ ਲਾਉਣੀ ਪੈਣੀ ਹੈ ਉਹਦੇ 'ਤੇ ਥੋੜ੍ਹੀ ਜੀ ਜਿੱਦਾਂ ਦੇਖਣੀ ਪੈਣੀ ਹੈ ਸੈਟਿੰਗ ਸਾਰੀ ਕਿ ਕਿਵੇਂ ਲੱਗੂਗੀ ਵੀ ਸਰਵੋ 'ਤੇ ਲੋਡ ਕਿੰਨਾ ਕੁ ਆਉਂਦਾ ਇਸ ਕਰਕੇ ਨਾ ਹੁਣ ਮੌਕੇ 'ਤੇ ਇੱਕ ਆਹ ਪੋਰਸ਼ਨ ਅਤੇ ਇੱਕ ਆਹ ਪੋਰਸ਼ਨ ਇਹ ਦੋਵੇਂ ਪ੍ਰਿੰਟ ਕਰਦੇ ਹਾਂ ਆਪਾਂ ਜਿਹੜੀ ਵਿਚਲੀ ਇਹਦੀ ਆ ਮੇਨ ਰੋਡ ਹੈ ਅਤੇ ਪਲੱਸ ਬਾਕੀ ਜਿੰਨਾ ਵੀ ਮਕੈਨਿਜ਼ਮ ਹੈ ਉਹ ਸਾਰਾ ਫਿਰ ਆਪਾਂ ਸਵੇਰੇ ਦੇਖਾਂਗੇ ਠੀਕ ਹੈ ਮੌਕੇ 'ਤੇ ਹੁਣ ਇਹ ਦੋ ਚੀਜ਼ਾਂ ਪ੍ਰਿੰਟ ਕਰਨੀਆਂ ਲਾਉਣੀਆਂ ਨੇ ਜੀ ਕੋਡ ਇੱਥੇ ਕਰ ਲਈਆਂ ਮੈਂ ਇੱਕ ਨੂੰ ਪ੍ਰਿੰਟ ਹੋਣ 'ਚ 2 ਕੁ ਘੰਟੇ ਲੱਗਣਗੇ ਅਤੇ ਦੂਜਾ ਜਿਹੜਾ ਮੇਨ ਲੋਡਰ ਹੈ ਉਹਨੂੰ ਲੋਡਰ ਕਹਿ ਲਓ ਬਕਟ ਕਹਿ ਲਓ ਜਿਹੜੀ ਮੇਨ ਬਕਟ ਹੈ ਉਹਨੂੰ ਪ੍ਰਿੰਟ ਹੋਣ 'ਚ ਇੱਥੇ 3 ਘੰਟੇ ਲੱਗਣਗੇ ਠੀਕ ਹੈ ਅਤੇ ਦੋਵੇਂ ਪਾਰਟ ਆਪਾਂ ਪ੍ਰਿੰਟ ਕਰਨ ਲਾ ਦਿੰਦੇ ਹਾਂ ਆਪਣੇ ਦੋਵੇਂ ਪ੍ਰਿੰਟਰਾਂ 'ਤੇ ਅਤੇ ਉਸ ਤੋਂ ਬਾਅਦ ਫਿਰ ਤੁਹਾਨੂੰ ਹੁਣ ਮੈਂ ਸਵੇਰੇ ਮਿਲਦਾ ਸਵੇਰੇ ਕਰਦੇ ਹਾਂ ਆਪਾਂ ਵਲੋਗ ਕੰਟੀਨਿਊ ਅਤੇ ਸਵੇਰੇ ਜਿੰਨਾ ਉਹ ਕੰਮ ਹੋਊਗਾ ਇਹਦੇ 'ਤੇ ਕਰਾਂਗੇ ਸਵੇਰੇ ਸਵੇਰੇ ਟਾਈਮ ਨਾਲ ਅਤੇ ਫਿਰ ਵਲੋਗ ਐਂਡ ਕਰ ਦਾਂਗੇ ਠੀਕ ਹੈ ਲੋ ਵੀ ਮੁੰਡਿਓ ਸੀਨ ਇੱਦਾਂ ਕਿ ਨੈਕਸਟ ਡੇ ਵਲੋਗ ਹੋ ਰਿਹਾ ਕੰਟੀਨਿਊ ਟਾਈਮ ਦੇਖ ਲਓ ਨੈਕਸਟ ਡੇ ਦੇ ਵੀ 12 ਵੱਜ ਗਏ ਆ ਅਤੇ ਹੁਣ ਕਰਦੇ ਹਾਂ ਮੈਂ ਕੰਟੀਨਿਊ ਵਲੋਗ ਅਤੇ ਪਾਰਟ ਆ ਦੇਖੋ ਜਿਹੜੇ ਰਾਤ ਆਪਾਂ ਪ੍ਰਿੰਟ ਕਰਨੇ ਲਾਏ ਸੀਗੇ ਪ੍ਰਿੰਟ ਹੋ ਚੁੱਕੇ ਨੇ ਮੇਨ ਜਿਹੜੀ ਬਕਟ ਹੈ ਜਿਹੜੀ ਕਿ ਮੈਨੂੰ ਸਾਈਜ਼ ਦੇ ਵਿੱਚ ਥੋੜ੍ਹੀ ਜਿਹੀ ਵੱਡੀ ਲੱਗਣ ਦੀ ਹੈ ਟਰੈਕਟਰ ਦੇ ਕੰਪੈਰੀਜ਼ਨ 'ਚ ਯਾਨੀ ਵੈਸੇ ਵੇਖਿਆ ਜਾਵੇ ਤਾਂ ਸਾਈਜ਼ 'ਚ ਤਾਂ ਬਹੁਤ ਛੋਟੀ ਹੈ ਪਰ ਜਿਹੜਾ ਜਗਾੜ ਆਪਾਂ ਬਣਾਉਂਦਾ ਉਹਦੇ ਹਿਸਾਬ ਨਾਲ ਮੈਨੂੰ ਲੱਗਣ ਦਿਆ ਕਿ ਜੇ ਆ ਮਿੱਟੀ ਨਾਲ ਫੁੱਲ ਭਰ ਗਈ ਨਾ ਤਾਂ ਟਰੈਕਟਰ ਨੇ ਲਿਫਟ ਚੱਕਣੀ ਨਹੀਂ ਕਿ ਆਪਣੇ ਟਰੇਟਰ ਦੀ ਇੰਨੀ ਲਿਫਟ ਕਪੈਸਿਟੀ ਹੈ ਨਹੀਂ ਕਿ ਇਹਨੂੰ ਫੁੱਲ ਭਰ ਕੇ ਚੱਕ ਸਕੇ ਇੱਦਾਂ ਦਾ ਮੇਰਾ ਆਈਡੀਆ ਬਾਕੀ ਅੱਗੇ ਦੇਖਾਂਗੇ ਆਪਾਂ ਟੈਸਟਿੰਗ ਕਰਕੇ ਮੇਰੇ ਹਿਸਾਬ ਨਾਲ 2 ਜਾਂ 3 ਕੁ ਦਿਨਾਂ ਤੱਕ ਟੈਸਟਿੰਗ ਵਾਸਤੇ ਤਿਆਰ ਹੋ ਜੂਗਾ ਇਹ ਠੀਕ ਹੈ ਅਤੇ ਬਾਕੀ ਦੇਖਦੇ ਹਾਂ ਚਲੋ ਮੌਕੇ 'ਤੇ ਹੁਣ ਆਹ ਦੇਖੋ 3 ਪਾਰਟ ਆਹ ਨੇ 4th ਪਾਰਟ ਆ ਰਿਹਾ ਅਤੇ ਮੇਨ ਜਿਹੜੀ ਇਹਦੀ ਆਰਮ ਹੈ ਆਹ ਦੇਖੋ ਠੀਕ ਹੈ ਤੁਸੀਂ ਮੰਨ ਕੇ ਚੱਲੋ ਕਿ ਆਪਣਾ ਜਿਹੜਾ ਟਰਾਲਾ ਹੈ ਇਹ ਸਭ ਨਾਲੋਂ ਉੱਚਾ ਹੈ ਹਾਈਟ 'ਚ ਆਪਣੇ ਜਿੰਨੇ ਵੀ ਟਰਾਲੇ ਕਲੈਕਸ਼ਨ ਹੈਗਾ ਠੀਕ ਹੈ ਅਤੇ ਜਿਹਨਾਂ ਦਾ ਹਿਸਾਬ ਕਿਤਾਬ ਜਿਹਾ ਲਾਈਏ ਕਿ ਇੰਨੀ ਉੱਚੀ ਜੇ ਲਿਫਟ 'ਚ ਕਹਿੰਦੀ ਹੈ ਇੱਦਾਂ ਠੀਕ ਹੈ ਫਿਰ ਜਾ ਕੇ ਮਿੱਟੀ ਦੇ ਵਿੱਚ ਡਿੱਗੂਗੀ ਜਿਹੜਾ ਕਿ ਮੈਨੂੰ ਮੌਕੇ 'ਤੇ ਤਾਂ ਕੰਮ ਹਜੇ ਥੋੜ੍ਹਾ ਜਿਹਾ ਡਾਮਾਡੋਲ ਜਿਹਾ ਲੱਗਣ ਦਿਆ ਜੇ ਇਸ ਤੋਂ ਲੰਮੀ ਕਰਦੇ ਹਾਂ ਆਪਾਂ ਸ਼ਾਫਟ ਤਾਂ ਫਿਰ ਲੋਡ ਬਹੁਤ ਜ਼ਿਆਦਾ ਆਊਗਾ ਅਤੇ ਇਸ ਸਾਈਜ਼ 'ਤੇ ਕੰਮ ਨਾ ਚੱਲਿਆ ਤਾਂ ਵੀ ਗੜਬੜ ਹੋ ਜੂਗੀ ਬਾਕੀ ਚਲੋ ਮੈਂ ਦੇਖਦਾ ਵਾਂ ਇਹਨੂੰ ਨਾ ਛੇਤੀ ਛੇਤੀ ਅਸੈਂਬਲ ਕਰਦੇ ਹਾਂ ਜ਼ਿਆਦਾ ਟਾਈਮ ਨਹੀਂ ਲੱਗਣਾ ਵੈਸੇ ਤਾਂ ਇਹਦੀ ਮੈਂ ਇੱਕ ਵੀਡੀਓ ਪ੍ਰੋਪਰ ਸ਼ੂਟ ਕਰਨੀ ਹੈ ਪਰ ਟੈਸਟਿੰਗ ਵਾਸਤੇ ਨਾ ਫਿਲਹਾਲ ਇੱਥੇ 2 ਨਟ ਕੱਸਣੇ ਨੇ ਇੱਕ ਇੱਥੇ ਕੱਸ ਕੇ 1 ਨਟ ਇੱਥੇ ਕੱਸ ਕੇ ਇਹਨੂੰ ਸਾਰਿਆਂ ਨੂੰ ਕਰਕੇ ਅਸੈਂਬਲ ਸਵਰਾਜ ਦੇ ਪਿੱਛੇ ਪਾ ਕੇ ਆਪਾਂ ਚੈੱਕ ਹੀ ਕਰ ਲੈਂਦੇ ਹਾਂ ਲਓ ਵੀ ਮੁੰਡਿਓ ਆਪਣੇ ਟਰੈਕਟਰ ਦਾ ਲੋਡਰ ਇੱਥੇ ਕਰਤਾ ਮੈਂ ਅਸੈਂਬਲ ਅਤੇ ਲਿੰਕਾਂ ਦੇ ਵਿੱਚ ਵੀ ਪਾਤਾ ਫਿੱਟ ਕਰਤਾ ਇੱਥੇ ਟਰੈਕਟਰ ਕਨੈਕਟ ਆਪਣੇ ਰਿਮੋਟ ਨਾਲ ਇੱਦਾਂ ਲਿਫਟ ਨੇ ਕੰਮ ਕਰਨਾ ਆਹ ਦੇਖੋ ਇੱਦਾਂ ਪਰ ਲੋਡਰ ਨਹੀਂ ਤਾਂ 'ਚ ਖਿੱਚਣ ਦਿਆ ਕਿਉਂਕਿ ਨਾ ਲੋਡਰ ਨੂੰ ਮੈਂ ਇੱਦਾਂ ਐਡਜਸਟ ਕਰਨ ਵਾਲਾ ਬਣਾਇਆ ਠੀਕ ਹੈ ਕਈ ਵਾਰੀ ਇੱਦਾਂ ਦਾ ਸਿਸਟਮ ਹੁੰਦਾ ਕਿ ਲੋਡਰ ਜ਼ਿਆਦਾ ਤਾਂ ਚੱਕਣਾ ਪੈਂਦਾ ਬਾਕੀ ਚਲੋ ਤੁਹਾਨੂੰ ਮੈਂ ਬਾਅਦ 'ਚੋਂ ਸਮਝਾਵਾਂਗਾ ਕਿੱਦਾਂ ਵਰਕ ਕਰਨਾ ਐਡਜਸਟ ਵਾਲਾ ਸਿਸਟਮ ਜਦੋਂ ਪ੍ਰੋਪਰ ਸਾਰਾ ਤਿਆਰ ਹੋ ਗਿਆ ਅਤੇ ਹੁਣ ਇੱਥੇ ਇੱਕ ਸਪੋਰਟ ਲੱਗਣੀ ਹੈ ਇਹਦੇ ਵਿੱਚ ਇਹਨੂੰ ਇੱਦਾਂ ਫਿਕਸ ਕਰਨ ਵਾਸਤੇ ਇੱਥੇ ਠੀਕ ਹੈ ਅਤੇ ਉਹ ਸਪੋਰਟ ਪ੍ਰਿੰਟਰ 'ਤੇ ਪ੍ਰਿੰਟ ਕਰਨੀ ਲਾਈ ਹੋਈ ਹੈ ਬਸ ਕਮਾਂਡ ਦਿੱਤੀ ਹੋਈ ਹੈ ਹੁਣ ਸਟਾਰਟ ਹੋਣ ਹੀ ਵਾਲਾ ਪ੍ਰਿੰਟਰ ਸਪੋਰਟ ਪ੍ਰਿੰਟ ਹੋ ਜਾਂਦੀ ਹੈ ਉਹ ਸਪੋਰਟ ਲੱਗਣ ਤੋਂ ਬਾਅਦ ਨਾ ਫਿਰ ਆਪਾਂ ਪ੍ਰੋਪਰ ਇਹਨੂੰ ਚੈੱਕ ਕਰ ਸਕਦੇ ਹਾਂ ਕਿ ਇਹਦੀ ਉਚਾਈ ਕਿੰਨੀ ਰਹੂਗੀ ਠੀਕ ਹੈ ਲੋਡਰ ਕਿੰਨਾ ਚੱਕਣਾ ਅਤੇ ਮੌਕੇ 'ਤੇ ਇਹਦੇ 'ਤੇ ਕੰਮ ਹਜੇ ਕਾਫੀ ਹੈ ਕਰਨ ਵਾਲਾ ਵੇਖਣ ਨੂੰ ਤਾਂ ਲੱਗਣ ਦਿਆ ਕਿ ਬਸ ਹੋ ਗਿਆ ਤਿਆਰ ਪਰ ਹਜੇ ਹੋਇਆ ਨਹੀਂ ਗਾ ਤਿਆਰ ਉਮੀਦ ਹੈ ਕਿ ਅੱਜ ਦਾ ਪੂਰਾ ਦਿਨ ਲੱਗ ਜੂਗਾ ਇਹਦੇ 'ਤੇ ਠੀਕ ਹੈ ਯਾਨੀ ਇਸ ਤੋਂ ਨੈਕਸਟ ਵਲੋਗ ਠੀਕ ਹੈ ਫਿਰ ਮੁੰਡਿਓ ਆਹ ਵਲੋਗ ਮੈਂ ਇੱਕ ਵਾਰੀ ਇੱਥੇ ਐਂਡ ਕਰਦਾ ਵਾਂ ਨਿੱਕਾ ਜਿਹਾ ਵਲੋਗ ਹੈ ਨਿੱਕਾ ਜਿਹਾ ਮਤਲਬ ਵੀ ਨੋਰਮਲ ਜਿਹੜੇ ਆਪਣੇ ਵਲੋਗ ਹੁੰਦੇ ਨਾਲੋਂ ਛੋਟਾ ਹੀ ਹੋਊਗਾ ਜਿੱਥੋਂ ਤਾਂ ਮੈਨੂੰ ਲੱਗਣ ਦਿਆ ਬਾਕੀ ਐਗਜੈਕਟ ਹਜੇ ਮੈਂ ਵੇਖਿਆ ਨਹੀਂ ਅਤੇ ਆਹ ਵਲੋਗ ਫਿਰ ਇੱਥੋਂ ਤੱਕ ਹੀ ਵੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਸਾਰਿਆਂ ਦਾ ਨੈਕਸਟ ਵਲੋਗ ਜਿਹੜਾ ਮੈਂ ਥੋੜ੍ਹਾ ਜਿਹਾ ਲੇਟ ਸਟਾਰਟ ਕਰਾਂ ਹੋ ਸਕਦਾ ਸ਼ਾਮ ਨੂੰ ਸਟਾਰਟ ਕਰਾਂ ਇਹਦੇ ਸਾਰੇ ਪਾਰਟ ਪ੍ਰਿੰਟ ਕਰਨ ਤੋਂ ਬਾਅਦ ਠੀਕ ਹੈ 1-2 ਹੋਰ ਕੰਮ ਨੇ ਜ਼ਰੂਰੀ ਕਰਨ ਵਾਲੇ ਅਤੇ ਉਹਨਾਂ ਦੇ ਫਿਰ ਆਪਾਂ ਨੈਕਸਟ ਵਲੋਗ 'ਚ ਗੱਲ ਕਰਦੇ ਹਾਂ ਠੀਕ ਹੈ ਜੀ ਅਤੇ ਮਿਲਦੇ ਹਾਂ ਤੁਹਾਨੂੰ ਸਵੇਰੇ ਨੈਕਸਟ ਵਲੋਗ 'ਚ